ਤੇ ਸੁਦੀਪ ਨੂੰ ਵੀ ਰੋਲਣਾ ਚਾਹੁੰਦੇ ਨੇ, ਪਰ ਮੈਂ ਆਪਦੀ ਜਿੰਦ ਲਾ ਦੂੰ, ਮੈਂ ਮੇਰੇ ਬੱਚੇ ਨੂੰ ਰੋਲਣ ਨਹੀਂ ਦਿੰਦੀ, ਨਾ ਮੈਂ ਕਿਸੇ ਦੇ ਹੋਰ ਬੱਚਿਆਂ ਦੀ ਜਿੰਦ ਰੋਲਦੇ ਨੂੰ ਰੋਲਣ ਦੇ ਮੈਂ ਇਹਨਾਂ ਨੂੰ। ਮੈਂ ਕਹਿੰਦੀ ਹਾਂ ਸਰਕਾਰਾਂ ਨੂੰ ਕੰਮ ਕਰੋ, ਚੱਜਦੇ ਕਰੋ, ਕਿਉਂ 6 ਮਹੀਨੇ ਹੋ ਗਏ, ਕਿਉਂ ਲੋਕਾਂ ਦੇ ਘਰ ਪੱਟ ਰਹੇ ਹੋ? ਤੁਹਾਡੇ ਕੋਲ 5 ਸਾਲ ਪਾਵਰ ਹੈ, ਕੋਈ ਗੱਲ ਨੀ, ਤੁਸੀਂ ਵੀ ਤਾਂ ਕਦੇ ਨਹਾਤੇ ਹੋਵੋਗੇ, ਤੁਹਾਡੇ ਵੀ ਤਾਂ ਬੱਚੇ ਹੈਗੇ ਨੇ। ਕੀ ਬਦਲਾ ਹੈ ਤੁਹਾਡੇ ਕੋਲ ਆਇਆ ਕੋਈ 6 ਮਹੀਨਿਆਂ 'ਚ ਬਦਲਾ? 7 ਮਹੀਨੇ ਹੋ ਗਏ, ਸਾਨੂੰ ਆਪਦੇ ਬੱਚਿਆਂ ਦੀ ਆਪ ਰਾਖੀ ਕਰਨੀ ਪਊ, ਇਕਜੁੱਟ ਹੋ ਜਾਓ। ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਕੈਂਡਲ ਮਾਰਚ ਕਰਾਂਗੇ, ਇਹ ਸਾਡੀ ਗੱਲ ਨਹੀਂ ਸੁਣਦੇ, ਇਹ ਸਿੱਧੂ ਨੂੰ ਦਵਾਉਣਾ ਚਾਹੁੰਦੇ ਨੇ, ਉਵੇਂ ਜਿਕਰੀ ਜਿਵੇਂ ਸੰਦੀਪ ਨੰਗਲੰਬੀਰ ਨੂੰ ਦਵਾਇਆ, ਜਿਵੇਂ ਦੀਪ ਸਿੱਧੂ ਨੂੰ ਦਵਾਇਆ, ਇਹ ਸੁਦੀਪ ਨੂੰ ਵੀ ਰੋਲਣਾ ਚਾਹੁੰਦੇ ਨੇ, ਪਰ ਮੈਂ ਆਪਦੀ ਜਿੰਦ ਲਾ ਦੂੰ, ਮੈਂ ਮੇਰੇ ਬੱਚੇ ਨੂੰ ਰੋਲਣ ਨਹੀਂ ਦਿੰਦੀ, ਨਾ ਮੈਂ ਕਿਸੇ ਦੇ ਹੋਰ ਬੱਚਿਆਂ ਦੀ ਜਿੰਦ ਰੋਲਦੇ ਨੂੰ ਰੋਲਣ ਦੇ ਮੈਂ ਇਹਨਾਂ ਨੂੰ। ਮੈਂ ਕਹਿੰਦੀ ਹਾਂ ਸਰਕਾਰਾਂ ਨੂੰ ਕੰਮ ਕਰੋ, ਚੱਜਦੇ ਕਰੋ, ਕਿਉਂ 6 ਮਹੀਨੇ ਹੋ ਗਏ, ਕਿਉਂ ਲੋਕਾਂ ਦੇ ਘਰ ਪੱਟ ਰਹੇ ਹੋ? ਤੁਹਾਡੇ ਕੋਲ 5 ਸਾਲ ਪਾਵਰ ਹੈ, ਕੋਈ ਗੱਲ ਨੀ, ਤੁਸੀਂ ਵੀ ਤਾਂ ਕਦੇ ਨਹਾਤੇ ਹੋਵੋਗੇ, ਤੁਹਾਡੇ ਵੀ ਤਾਂ ਬੱਚੇ ਹੈਗੇ ਨੇ, ਕਿਉਂ ਨੀ ਧਿਆਨ ਦਿੰਦੇ ਤੁਸੀਂ ਪੰਜਾਬ ਵੱਲ? ਕੀ ਮਾੜਾ ਕੀਤਾ ਪੰਜਾਬ ਨੇ ਤੁਹਾਡਾ? ਸੋਨੇ ਦੀ ਚਿੜੀ ਕਹਾਉਣ ਵਾਲਾ, ਲੋਕਾਂ ਦੇ ਢਿੱਡ ਪਾਲਣ ਵਾਲਾ ਪੰਜਾਬ ਅੱਜ ਕਿਹੜੀ ਦਲ ਦਲ ਦੇ ਵਿੱਚ ਫਸਿਆ ਪਿਆ ਹੈ? ਕਿਸੇ ਕੋਲੇ ਕੋਈ ਜਵਾਬ ਇਹਨਾਂ ਕੋਲੇ ਨਹੀਂ, ਫੁਰਸਤ ਨਹੀਂ। ਜੇ ਕੋਈ ਸੱਜ ਦੀ ਗੱਲ ਕਹਿ ਦਿੰਦਾ ਫਿਰ ਇਹ ਸਾਰੇ 92 ਦੇ 92 ਚੀਕਾਂ ਮਾਰਨ ਲੱਗ ਜਾਂਦੇ ਨੇ। ਕੀ ਦੇਖਿਆ ਇਹਨਾਂ 'ਚ ਆਪਾਂ ਨੇ ਕਿਸੇ ਨੇ ਲੋਕੋ? ਮੈਂ ਤਾਂ ਤੁਹਾਨੂੰ ਇਹੀ ਵਾਰ ਵਾਰ ਇਹੀ ਕਹਿੰਦੀ ਵੀ ਕੀ ਦੇਖਿਆ, ਕੀ ਬਦਲਾ ਹੈ ਤੁਹਾਡੇ ਕੋਲ ਆਇਆ ਕੋਈ 6 ਮਹੀਨਿਆਂ 'ਚ ਬਦਲਾ? 7 ਮਹੀਨੇ ਹੋ ਗਏ, ਸਾਨੂੰ ਆਪਦੇ ਬੱਚਿਆਂ ਦੀ ਆਪ ਰਾਖੀ ਕਰਨੀ ਪਊ, ਇਕਜੁੱਟ ਹੋ ਜਾਓ ਜੇ ਅਸੀਂ ਆਪਦੇ ਜਵਾਕ ਨੂੰ ਬਚਾਉਣੇ ਨੇ, ਨਹੀਂ ਤਾਂ ਸਿੱਧੂ ਵਾਂਗੂ ਅਨੇਕਾਂ ਸੜਕਾਂ ਤੇ ਜਾਣਗੇ। ਸਾਡਾ ਦਿਨ ਰਾਤ ਦਿਲ ਰੋਂਦਾ ਹੈ, ਰਾਤ ਨੂੰ ਜਦੋਂ ਜਾ ਕੇ ਕਹਿੰਦੇ ਆ ਬੈੱਡ ਤੇ ਆਏ, ਮੇਰਾ ਜੀ ਨਹੀਂ ਲੱਗਦਾ, ਉਦੋਂ ਮੈਨੂੰ ਪਤਾ ਹੈ ਵੀ ਮੈਂ ਉਹਨਾਂ ਨੂੰ ਕਿਵੇਂ ਦੇਖਦੀ ਹਾਂ, ਚੀਕਾ ਮਾਰ ਮਾਰ ਰੋਂਦੇ ਨੇ, ਮੇਰਾ ਜੀ ਨਹੀਂ ਲੱਗਦਾ। ਮੈਂ ਨਹੀਂ ਕਹਿੰਦੀ ਕੱਲ ਨੂੰ ਕਿਸੇ ਹੋਰ ਮਾਂ ਬਾਪ ਨਾਲ ਏਦਾਂ ਹੋਵੇ, ਜਾਗ ਪੋ ਜੇ ਵੀ ਇਹਨਾਂ ਸਰਕਾਰਾਂ ਨੇ ਕੁਛ ਨੀ ਦੇਣਾ, ਇਹਨਾਂ ਆਪਣਾ ਪ੍ਰਸ਼ਾਸਨ ਨੇ ਕੁਛ ਨੀ ਕਰਨਾ, ਕੁਛ ਨੀ ਕੀਤਾ ਕਿਸੇ ਪ੍ਰਸ਼ਾਸਨ ਨੇ ਸਾਡਾ। ਬਾਈ ਨੇਮ ਨਾ ਲੈ ਲੈ ਕੇ ਅਸੀਂ ਕਹਿਤਾ ਵੀ ਫਲਾਨਾ ਸਾਡਾ ਦੋਸ਼ੀ ਹੈ, ਸਾਡਾ ਦੋਸ਼ੀ ਹੈ, ਕਿਸੇ ਨੂੰ ਹਾਲ ਤੱਕ ਬਿਠਾ ਕੇ ਪੁੱਛਿਆ ਤੱਕ ਵੀ ਨੀ। ਜੇ ਕਿਸੇ ਦੇ ਮਾੜਾ ਜਾਂ ਕੋਈ ਹੋਰ ਆਮ ਦੇ ਕਿਸੇ ਦੇ ਹੋ ਜੇ ਨਾ, ਸਾਰੇ ਟੱਬਰ ਨੂੰ ਘੜੀਸ ਕੇ ਪੁਲਿਸ ਲੈ ਜਾਂਦੀ ਹੈ ਜੇਲ੍ਹਾਂ ਥਾਣਿਆਂ ਦੇ ਵਿੱਚ, ਕਿਸੇ ਨੂੰ ਨੀ ਪੁੱਛਿਆ ਹਾਲ ਤੱਕ। 4 ਮਹੀਨੇ ਹੋ ਗਏ, ਮੈਨੂੰ ਬਹੁਤ ਗਿਲਾ ਪ੍ਰਸ਼ਾਸਨ ਨਾਲ ਵੀ, ਸਰਕਾਰ ਤਾਂ ਸਾਡੀ ਨਿਕੰਮੀ ਸਰਕਾਰ ਹੈ। ਮੈਂ ਉਦੇ ਵੀ ਆਖਿਆ ਜਿਹਦੇ ਸ਼ੁਭਦੀਪ ਗਿਆ, ਉਦੇ ਵੀ ਮੈਂ ਇਹੀ ਕਿਹਾ ਸੀ, ਅੱਜ ਵੀ ਮੈਂ ਇਹੀ ਕਹਿੰਦੀ ਹਾਂ, ਦੁਬਾਰਾ ਦੁਬਾਰਾ ਨਿਕੰਮੀ ਸਰਕਾਰ ਹੈ ਜਿਹੜੀ ਕੰਮ ਦੇ ਮੁੱਦਿਆਂ ਵੱਲ ਤਾਂ ਗਲਤ ਧਿਆਨ ਹੀ ਨਹੀਂ ਦੇ ਰਹੀ, ਹੋਰ ਹੀ ਪਾਸੇ ਚੱਲੇ ਪਏ ਨੇ। ਸਾਨੂੰ ਆਪ ਨੂੰ ਉੱਠਣਾ ਪਊ, ਆਪਦੇ ਬੱਚਿਆਂ ਨੂੰ ਸਾਂਭ ਲਓ, ਸਾਡਾ ਘਰ ਉਜੜਿਆ, ਗੱਲ ਨੂੰ ਕਿਸੇ ਦਾ ਹੋਰ ਨਾ ਉਜੜੇ। ਅੱਜ ਮੈਂ ਬਹੁਤ ਦੁਖੀ ਆਤਮਾ ਨਾਲ ਕਹਿ ਰਹੀ ਹਾਂ ਵੀ ਸਾਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ, ਇਹ ਚੱਕ ਚੱਕ ਕੇ ਕਿਤੋਂ ਦੀ ਕਿਤੋਂ ਲੈਣਾ ਬੰਨਤੀ ਹੈ। ਸਾਡੇ ਦੋਸ਼ੀ ਦਾ ਸਿਰਫ ਜਿਹੜੇ ਇਹਨਾਂ ਨੇ ਕਤਲ ਕੀਤਾ, ਜਿਹੜੇ ਨੇ ਕਤਲ ਮੰਨਿਆ ਵੀ ਹਾਂ ਅਸੀਂ ਕੀਤਾ ਜ਼ਿੰਮੇਵਾਰ ਨੇ, ਉਹ ਤਾਂ ਹੋਟਾਵਰ ਨਾਲ ਪਿੱਛਿਆਂ ਤੇ ਆਉਂਦੇ ਨੇ, ਚੰਗੀ ਉਹਨਾਂ ਕੋਲੇ ਫੋਰਸ ਹੈ, ਉਹਨਾਂ ਨੂੰ ਕੀ ਲੋੜ ਹੈ ਕੱਲ ਘਰ ਢਹਿ ਕਿਸੇ ਦਾ, ਕਿਵੇਂ ਚੀਕਾਂ ਮਾਰ ਜਾਂਦੇ ਨੇ। ਮੈਂ ਕਹਿੰਦੀ ਸਾਡਾ ਸਾਰਾ ਘਰ ਢਾ ਦਿੰਦੇ, ਮੇਰਾ ਪੁੱਤ ਛੱਡ ਦਿੰਦੇ ਕੱਲਾ, ਸਾਰਾ ਬਲਡੋਜ਼ਰ ਨਾਲ ਢਾ ਦਿੰਦੇ ਜੇ ਸਾਡੇ ਜਵਾਕ ਦੀ ਕੋਈ ਗਲਤੀ ਸੀ, ਪਰ ਮੇਰੇ ਪੁੱਤ ਦੇ ਸਾਹ ਦੇ ਦਿੰਦੇ ਕੱਲੇ। ਮੈਂ ਨਹੀਂ ਲੈਂਦੀ ਸੀ, ਮੈਂ ਨਹੀਂ ਚਾਹੁੰਦੀ ਇਹਨਾਂ ਹਵੇਲੀਆਂ। ਸਾਡਾ ਤਾਂ ਜਵਾਕ ਮੂਰਖ ਸੀ ਸਾਡਾ, ਜਿਹੜਾ ਅੱਖੇ ਨਹੀਂ ਲੱਗਿਆ, ਜਿਹੜਾ ਉਹ ਆਪਦਾ ਐਡਾ ਸੋਹਣਾ ਤਾਂ ਜਗ੍ਹਾ ਛੱਡ ਕੇ ਕੈਨੇਡਾ ਤੋਂ ਆ ਕੇ ਉਹ ਇੱਥੇ ਪੰਜਾਬ ਦੇ ਵਿੱਚ ਲੋਕਾਂ ਦੀ ਭਲਾਈ ਵਾਸਤੇ ਵਸਿਆ ਆ ਕੇ।